ਇਹ ਹੈਗੇ ਆ ਜੀ MBBS ਕਬੂਲ ਸ਼ਾਹ, ਜੋ ਕਿ ਐਗਰੀਕਲਚਰ ਦੇ ਵਿੱਚ ਕਾਫੀ ਇਹਨਾਂ ਦੇ ਇੰਪਲੀਮੈਂਟ ਜਿਹੜੇ ਹੈਗੇ ਆ ਫੇਮਸ ਹੈ। ਇਹ ਜਾਣੇ ਜਾਂਦੇ ਆ ਆਪਦੀ ਕੁਆਲਿਟੀ ਨੂੰ ਲੈ ਕੇ। ਅਤੇ ਅੱਜ ਆਪਾਂ ਗੱਲ ਕਰਦੇ ਹਾਂ ਸਰ ਨਾਲ ਕਿ ਇਹ ਦੱਸਣਗੇ ਆਪਦੇ ਇੰਪਲੀਮੈਂਟਸ ਬਾਰੇ। ਸਰ ਦੱਸੋ, ਸਬਸੋਲਰ ਬਾਰੇ ਦੱਸੋ ਜੀ। ਇਹ 2 ਟਾਈਮਸ ਹੈਗਾ ਜੀ ਸਬਸੋਇਲਰ। ਓਕੇ, ਇਹਨੂੰ ਜਿਹੜੀ ਘੱਟੋ ਘੱਟ ਹੋਰਸ ਪਾਵਰ ਚਾਹੀਦੀ ਹੈ ਜੀ, ਉਹ 60 ਹੋਰਸ ਪਾਵਰ ਚਾਹੀਦੀ ਹੈ। ਇਹਦਾ ਜਿਹੜੀ ਆਪਾਂ ਡੈਪਥ ਹੈ, ਜਿਵੇਂ ਬ੍ਰੇਕ ਡਾਊਨ ਕਰਨੀ ਆਪਾਂ ਸੋਇਲ ਹਾਰਡ ਪੈਨ ਤੋੜਨਾ ਹੈ ਜੀ, ਇਹਦੀ ਆਪਾਂ ਡੂੰਘਾਈ 2.5 ਫੁੱਟ ਤੱਕ ਲੈ ਸਕਦੇ ਹਾਂ ਜੀ। ਓਕੇ, ਹਾਂਜੀ, ਇਹਦੀ ਜਿਹੜੀ ਕਵਰੇਜ ਹੈ ਜੀ, ਉਹ 1 ਟਾਈਮ ਤੁਸੀਂ ਐਂ ਲਾ ਲਓ ਵੀ 3 ਫੁੱਟ ਏਰੀਆ ਕਵਰ ਕਰੂਗੀ ਜੀ। ਠੀਕ ਹੈ, 3 ਫੁੱਟ ਇਹ, 3 ਫੁੱਟ ਉਹ, 6 ਫੁੱਟ ਏਰੀਆ ਕਵਰ ਕਰੂਗੀ ਜੀ। ਠੀਕ ਹੈ, ਇਹਦਾ ਵੇਟ ਹੈਗਾ ਜੀ ਲਗਭਗ 4.5 ਕੁਇੰਟਲ ਦੇ ਕਰੀਬ ਵੇਟ ਹੈਗਾ। ਅਤੇ ਸਰ ਇਹਦਾ ਪ੍ਰਾਈਜ਼? ਇਹਦਾ ਪ੍ਰਾਈਜ਼ ਅਪਰੋਕਸੀਮੇਟ ਜੀ ਆਪਾਂ ਲਾ ਕੇ ਚੱਲੀਏ ਤਾਂ 55,000 ਦੇ ਨੇੜੇ ਤੇੜੇ ਪਊਗਾ। ਅਤੇ ਸਰ ਇਹਨਾਂ ਡਿਸਕਾਂ ਬਾਰੇ ਦੱਸੋ ਜਿਹੜੀਆਂ ਇਹ। ਇਹ ਨੋਨ ਰਿਵਰਸੀਬਲ ਡਿਸਕ ਪਲਾਓ ਹੈਗੇ ਆ ਜੀ। ਇਹ ਜਿਵੇਂ ਵੈਸੇ ਤਾਂ MB ਪਲਾਓ ਵੀ ਸੋਇਲ ਨੂੰ ਟਰਨ ਕਰਦੇ ਆ, ਵੀ ਟਰਨ ਨਹੀਂ ਕਰਦੇ ਆ, ਇਹਦਾ ਪਰਪਜ਼ ਹੋਰ ਹੈ ਜੀ। ਇਹ ਆਪਣੇ ਪੰਜਾਬ ਬੈਲਟ 'ਚ ਘੱਟ ਵੇਖਦੇ ਆ, ਰਾਜਸਥਾਨ ਬੈਲਟ 'ਚ ਫਿਰ ਵੀ ਵੇਖਦੇ ਆ ਜੀ, ਜਿੱਥੇ ਕਚਰਾ ਘੱਟ ਹੁੰਦਾ। ਓਕੇ ਜੀ, ਅਤੇ ਇਹ ਕਚਰੇ 'ਚ ਕਿਉਂਕਿ ਇੰਨਾ ਸਕਸੈਸਫੁੱਲ ਨਹੀਂ ਹੈਗਾ, ਇਹ ਜ਼ਿਆਦਾ ਜਿਹੜਾ ਇਹਦੀ ਮਾਰਕੀਟ ਹੈਗੀ ਹੈ ਜੋ ਸਾਊਥ ਇੰਡੀਆ ਦੀ ਮਾਰਕੀਟ ਹੈ, ਜਿਵੇਂ ਤਮਿਲਨਾਡੂ ਏਰੀਆ, ਆਂਧਰਾ ਪ੍ਰਦੇਸ਼ ਏਰੀਆ। ਇਹ ਨੋਨ ਰਿਵਰਸੀਬਲ ਹੈਗੇ ਆ। ਇਹ ਰਿਵਰਸੀਬਲ ਡਿਸਕ ਹੈ ਜੀ। ਇਹ ਰਿਵਰਸੀਬਲ ਹੈ, ਪਰਪਸ ਦੋਨਾਂ ਦਾ ਸੇਮ ਹੈ, ਬਸ ਇਹਦੇ ਹਾਈਡ੍ਰੋਲਿਕ ਸਿਸਟਮ ਲੱਗਿਆ। ਤੇ ਆਪਣੇ ਜਿਹੜੇ ਤੋਤੇ ਆ ਜੀ, ਕਾਫੀ ਤੋਤੇ ਮਸ਼ਹੂਰ ਆ ਆਪਣੇ ਤੋਤਿਆਂ ਦਾ। ਸਾਡਾ ਇਹ ਜੀ ਡਿਜ਼ਾਈਨ ਇੱਕ ਤਾਂ ਵੱਖ ਹੈ, ਜਿਵੇਂ ਆਮ ਮਾਰਕੀਟ 'ਚ ਤੋਤੇ ਚੱਲਦੇ ਆ, ਚਾਹੇ ਜਿਵੇਂ ਆਪਾਂ ਦੇਖ ਲਈਏ ਵੀ ਹੋਰ ਵੀ ਕਈ ਮੈਨੂਫੈਕਚਰਰ ਬਣਾ ਰਹੇ ਆ। ਬਿਲਕੁਲ ਜੀ, ਉਹਦੇ ਨਾਲ ਉਹ ਆਪਣਾ ਸਿੰਪਲ ਡਿਜ਼ਾਈਨ ਹੈਗਾ ਜੀ, ਜਿਵੇਂ ਥੱਲੇ ਦੇਖਦੇ ਹਾਂ ਆਪਾਂ, ਬਿਲਕੁਲ ਸਿੱਧੇ ਆ। ਇਹਦਾ ਪਰਪਸ ਹੈਗਾ ਜਿਵੇਂ ਹੁਣ ਉੱਪਰ ਬਿਨਾਂ ਜ਼ਮੀਨ ਹਿਲਾਏ ਥੱਲੋਂ ਥੱਲੋਂ ਦੀ ਲੰਘ ਜਾਣਾ ਆ। ਓਕੇ, ਵੀ ਜ਼ਮੀਨ ਨੂੰ ਉੱਤੋਂ ਨਹੀਂ ਹਿਲਾ ਕੇ ਥੱਲੋਂ ਹਾਰਡ ਪੈਨ ਤੋੜਦੇ ਆ। ਠੀਕ ਹੈ ਜੀ, ਆਪਣੀ ਕਲੀਅਰਿੰਗ ਵੀ ਜ਼ਿਆਦਾ ਹੈ ਜੀ, ਵੀ ਇੱਥੇ ਕੋਈ ਕਚਰਾ ਨਹੀਂ ਅੜਦਾ ਗਾ। ਠੀਕ ਹੈ, ਵਾਇਆ ਵੀ ਜ਼ਿਆਦਾ ਹੈ ਜੀ। ਓਕੇ, ਇਹ ਹਰ ਇੰਪਲੀਮੈਂਟ ਦੀ ਆਪਣੇ ਆਹ ਚੀਜ਼ਾਂ ਵੀ ਦੀ ਜਿਹੜਾ ਵਾਇਆ ਉਹ ਵੀ ਜ਼ਿਆਦਾ। ਇਹ 9 ਹੈ ਜੀ। ਇਹ 7 ਹੈ ਜੀ। 7 ਹੈ, ਤੇ ਇਹਨਾਂ ਦਾ ਵੇਟ ਕਿੰਨਾ ਹੈ ਜੀ? ਇਹਨਾਂ ਦਾ ਵੇਟ 3 ਕੁਇੰਟਲ 80 ਕਿਲੋ। ਤੇ ਇਹਨਾਂ ਦਾ ਪ੍ਰਾਈਸ ਦੱਸੋ? ਇਹਦਾ 34.5 ਹੈ ਜੀ। 34.5 ਹਜ਼ਾਰ ਰੁਪਇਆ ਪ੍ਰਾਈਸ ਹੈ ਜੀ। ਤੇ ਇਹ ਕਲਟੀਵੇਸ਼ਨ ਵੀ ਆਪਣੇ ਕਾਫੀ ਪਾਪੂਲਰ ਹੈ ਜੀ, ਸਿੱਧੇ ਡਿਜ਼ਾਈਨ ਦਾ ਕਰਕੇ ਇਹਨਾਂ ਬਾਰੇ ਵੀ ਜੀ। ਕਲਟੀਵੇਟਰ ਦਾ ਜਿਹੜਾ ਸਿੱਧਾ ਡਿਜ਼ਾਈਨ ਕਰਨ ਦਾ ਇੱਕ ਮਕਸਦ ਹੈ, ਹਾਂਜੀ, ਇੱਕ ਤਾਂ ਇਹਦੀ ਕਲੀਅਰਿੰਗ ਥੱਲੇ ਜਿਹੜੀ ਜਗ੍ਹਾ ਉਹ ਵੱਧ ਜਾਂਦੀ ਹੈ ਜੀ, ਦੂਜਾ ਇਹ ਲੋਡ ਘੱਟ ਲੈਂਦੇ ਆ ਕਿਉਂਕਿ ਇਹ ਟਰੈਕਟਰ ਦੇ ਨੇੜੇ ਹੋ ਜਾਂਦੇ ਆ ਜੀ, ਟਰੈਕਟਰ ਦੇ ਨੇੜੇ ਹੋਣ ਕਾਰਨ ਟਰੈਕਟਰ ਨੂੰ ਪੁਲਿੰਗ ਕਰਨੀ ਸੌਖੀ ਹੁੰਦੀ ਹੈ, ਅਤੇ ਆਪਣਾ ਇਹ ਵਾਇਆ ਜ਼ਿਆਦਾ ਹੁੰਦਾ ਜੀ। ਇਹਦਾ ਜਿਹੜਾ ਗੈਪ ਹੈਗਾ ਉਹ ਵੀ 9.25 ਰੱਖਦੇ ਹਾਂ ਜੀ ਅਸੀਂ। ਓਕੇ ਜੀ, ਜਿਹੜੇ ਟਾਈਮ ਦੀ ਮੋਟਾਈ ਆ ਉਹ ਵੀ 1 ਇੰਚ ਬਾਏ 2 ਇੰਚ ਰੱਖਦੇ ਹਾਂ। ਇਹਨਾਂ ਦਾ ਵੇਟ ਕਿੰਨਾ ਹੈ ਜੀ? ਇਹਨਾਂ ਦਾ ਵੇਟ ਲਗਭਗ ਹੈਗਾ ਜੀ 2 ਕੁਇੰਟਲ 65 ਕਿਲੋ ਦੇ ਨੇੜੇ ਤੇੜੇ। ਤੇ ਇਹਨਾਂ ਦਾ ਪ੍ਰਾਈਜ਼? ਇਹਨਾਂ ਦਾ ਪ੍ਰਾਈਜ਼ 23,000। ਤੇ ਡਿਸਕਾਂ ਬਾਰੇ ਜੀ? ਡਿਸਕਾਂ ਇਹ 12x12 ਦੀ ਹੈਰੋ ਹੈਗੀ ਹੈ। ਉਰੇ ਆ ਜਾਓ ਜੀ। ਹੈਲੋ, 24 ਹੈਰੋ ਹੈ। ਇਹ 24 ਹੈਰੋ ਹੈ ਜੀ, ਇਹਦਾ ਵੇਟ ਲਗਭਗ 2,000 ਕਿਲੋ ਹੈ ਜੀ। ਓਕੇ ਜੀ, ਮੈਂ ਅੱਜ ਕੱਲ੍ਹ ਜਿਹੜਾ ਪਰਾਲੀ ਦਾ ਮਸਲਾ ਚੱਲੀ ਜਾਂਦਾ ਉਹਦੇ 'ਤੇ ਹੀ ਇਹ ਚੀਜ਼ ਸਕਸੈਸਫੁੱਲ ਹੈਗੀ ਹੈ। ਠੀਕ ਹੈ ਜੀ, ਇਹਦੇ ਜਿਹੜੀਆਂ ਹੱਬਾਂ 8 ਹੱਬਾਂ ਪਾਈਆਂ ਹੋਈਆਂ ਜੀ। ਓਕੇ, 26 ਇੰਚ ਦਾ ਤਵਾ ਹੈ ਜੀ, ਬੋਰਨ ਸਟੀਲ ਦਾ ਤਵਾ ਲੱਗਿਆ ਹੋਇਆ 26 ਇੰਚ ਦਾ। ਇਹਦਾ ਵੇਟ ਤਵੇ ਦਾ 14 ਕਿਲੋ ਹੈ, 14 ਕਿਲੋ ਦਾ ਤਵਾ ਪੂਰੇ ਇੰਡੀਆ 'ਚ ਕੋਈ ਨਹੀਂ ਪਾਉਂਦਾ ਜੀ। ਇਹ 14 ਕਿਲੋ ਦਾ ਤਵਾ ਹੈ ਜੀ, ਇਹਨਾਂ ਦਾ ਕਹਿਣਾ ਵੀ ਅਸੀਂ ਹੀ ਪਾਉਣੇ ਹਾਂ 14 ਕਿਲੋ। ਇਹ ਤਵੇ ਦਾ ਵੇਟ ਹੈ ਜੀ, ਦੇਖਣ 'ਚ ਵੀ ਕਾਫੀ, ਆਹ ਦੇਖੋ ਜੀ 6 mm ਮੋਟਾਈ ਹੈ ਜੀ ਇਹਦੀ। ਅਤੇ ਜਿਹੜੀ ਡਿਸਕਾਂ ਦੀ ਆਪਣੇ ਫਿਨਿਸ਼ਿੰਗ ਹੈ ਜੀ, ਉਹ ਲਾਲ ਜਵਾਬ ਹੈ, ਡਬਲ ਹਾਈਡ੍ਰੋਲਿਕ ਪੰਪ ਲੱਗਿਆ ਹੋਇਆ ਜੀ ਇਹਨਾਂ ਨੂੰ। ਠੀਕ ਹੈ ਜੀ, BKD ਦੇ ਟਾਇਰ ਪਾਏ ਹੋਏ ਹੈ। ਅਤੇ ਇਹਨਾਂ ਦੀ ਸਰ ਵੇਟ 2,000 ਕਿਲੋ ਹੈ ਜੀ। ਠੀਕ ਹੈ, ਟਾਇਰ ਦਾ ਸਾਈਜ਼ 13-55-16 ਦਾ। ਅਤੇ ਇਹਨਾਂ ਦਾ ਸਰ ਪ੍ਰਾਈਜ਼ ਦੱਸੋ ਜੀ? ਪ੍ਰਾਈਜ਼ ਇਹਦਾ 2.5 ਲੱਖ ਦੇ ਕਰੀਬ ਹੈ, 2.5 ਲੱਖ ਦੇ ਤਕਰੀਬਨ ਪਊਗਾ ਜੀ। ਅਤੇ ਬਾਕੀ ਡਿਪੈਂਡ ਕਰਦਾ ਜੀ, ਵੇਟ ਵੀ ਅਪਰੋਕਸੀਮੇਟ ਉੱਪਰ ਥੱਲੇ ਹੋ ਜਾਂਦਾ, ਵੀ ਤੁਸੀਂ ਘਟਾਉਣਾ ਹੋਵੇ ਵਧਾਉਣਾ ਹੋਵੇ ਉਹ ਡਿਪੈਂਡ ਕਰਦਾ ਤੁਹਾਡੇ ਟਰੈਕਟਰ ਦੀ ਹੋਰਸ ਪਾਵਰ। ਠੀਕ ਹੈ, ਠੀਕ ਹੈ, ਕਿਹੋ ਜਿਹਾ ਟਰੈਕਟਰ ਯੂਜ਼ ਕਰ ਰਹੇ। ਅਤੇ ਬਾਕੀ ਜੀ ਆਹ ਇਹਨਾਂ ਦੇ ਕੰਟੈਕਟ ਹੈਗੇ ਆ ਜੀ, ਮੇਲ ਵਗੈਰਾ ਤੁਸੀਂ ਇਹਨਾਂ ਨੂੰ ਮੇਲ ਕਰ ਸਕਦੇ ਹੋ। ਠੀਕ ਹੈ ਜੀ, ਇਹਨਾਂ ਦੇ ਕੰਟੈਕਟ ਨੰਬਰ ਹੈ ਜੀ ਆਸੇ, ਤੁਸੀਂ ਇਹਨਾਂ ਨੂੰ ਫੋਨ ਸਿੱਧਾ ਫੋਨ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਮਿਲ ਜੂਗੀ। ਇਹਨਾਂ ਦੇ ਜਿਹੜੇ ਇੰਪਲੀਮੈਂਟਸ ਹੈ ਜੀ, ਆਪਦੀ ਕੁਆਲਿਟੀ ਨੂੰ ਲੈ ਕੇ ਕਾਫੀ ਜਾਣੇ ਜਾਂਦੇ ਆ, ਕਾਫੀ ਲੋਕਾਂ ਨੂੰ ਮੈਂ ਪਰਸਨਲੀ ਜਾਣਦਾ ਜਿਹੜੇ ਇਹਨਾਂ ਦੇ ਇੰਪਲੀਮੈਂਟਸ ਯੂਜ਼ ਕਰ ਰਹੇ ਆ ਅਤੇ ਕਾਫੀ ਸੰਤੁਸ਼ਟ ਵੀ ਨੇ। ਠੀਕ ਹੈ, ਉਹ ਇਹਨਾਂ ਦਾ ਹੀ ਇੰਪਲੀਮੈਂਟਸ ਰੈਕਮੈਂਡ ਕਰਦੇ ਆ, ਅਗਰ ਕੋਈ ਉਹਨਾਂ ਨੂੰ ਸਲਾਹ ਲੈਂਦਾ ਉਹਨਾਂ ਤੋਂ ਤਾਂ।
ਤੇ ਇਹ ਪੂਰੀ ਸਟਾਲ ਹੈ ਇਹਨਾਂ ਦੀ। ਠੀਕ ਹੈ ਜੀ, ਮੇਲ ਵਗੈਰਾ ਤੁਸੀਂ ਕਰ ਲਓ, ਕੰਟੈਕਟ ਨੰਬਰ ਆਹ ਆਹ ਦੇਖੋ ਜੀ, ਆਹ ਪੂਰਾ ਇਹਨਾਂ ਦੇ ਕੰਟੈਕਟ ਨੰਬਰ ਹੈ। ਯੂਟਿਊਬ 'ਤੇ ਇਹਨਾਂ ਦਾ ਚੈਨਲ ਵੀ ਹੈਗਾ ਜੀ, ਤੁਸੀਂ ਆਹ ਸਰਚ ਕਰ ਸਕਦੇ ਹੋ ਆਸੇ ਜੀ। ਇੱਥੇ ਸਾਰੀਆਂ ਵੀਡੀਓ, ਕੁਛ ਵੀਡੀਓ ਆਪਣੇ ਚੈਨਲ 'ਤੇ ਵੀ ਤੁਹਾਨੂੰ ਮਿਲ ਜਾਣਗੀਆਂ ਇਹਨਾਂ ਦੀਆਂ ਕਾਫੀ ਵੀਡੀਓ। ਅਤੇ ਠੀਕ ਹੈ ਜੀ, ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਜੀ।